ਇਹ ਬੋਰਡ ਕਿਸ ਚੀਜ਼ ਲਈ ਬਣਾਇਆ ਹੋਇਆ ਜੀ? ਸਰ ਆਪਾਂ ਆਮ ਤੌਰ 'ਤੇ ਦੇਖਦੇ ਹਾਂ ਕਿ ਕੀ ਹੁੰਦਾ ਵੀ ਛੋਟੇ ਬੱਚੇ ਹੈ ਉਹ ਕਲਾਸਰੂਮ ਦੇ ਵਿੱਚ ਬੈਠਾ ਕਿਸੇ ਬੱਚੇ ਨੇ ਸ਼ਰਾਰਤ ਕਰਦੇ ਕੋਈ ਕੁੰਡੀ ਲਾਤੀ ਈਵਨ ਕਿ ਇਹ ਹੁੰਦਾ ਵੀ ਵਿੰਡੋ ਬੰਦ ਹੈ ਬੱਚੇ ਨੇ ਬਾਹਰ ਕਿਸੇ ਨੂੰ ਬੁਲਾਉਣਾ ਹੈ ਜਾਂ ਕੋਈ ਮੈਸੇਜ ਦੇਣਾ ਖੋਲ੍ਹ ਨਹੀਂ ਪਾਉਂਦਾ ਉਹ ਉਸ ਨੂੰ ਕੁੰਡੀ ਨਹੀਂ ਖੋਲ੍ਹਣੀ ਆਉਂਦੀ ਇਹ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਦੱਸਣ ਦੇ ਲਈ ਅਸੀਂ ਇੱਥੇ ਇਹ ਇੱਕ ਸਾਰਾ ਤਰ੍ਹਾਂ ਦੀਆਂ ਕੁੰਡੀਆਂ ਲੋਕ ਲੱਗੇ ਹੋਏ ਆ ਵੀ ਬੱਚਾ ਇਹਨਾਂ ਨੂੰ ਚਲਾਉਣਾ ਸਿੱਖੂਗਾ ਕੇਵਲ ਇਹੀ ਨਹੀਂ ਪਰਪਜ਼ ਹੈਗਾ ਇਹਦੇ ਨਾਲ ਬੱਚਾ ਬੱਚੇ ਦੇ ਜੋ ਆਪਾਂ ਕਹਿ ਲਈਏ ਵੀ ਮੋਟਰ ਸਕਿੱਲਸ ਹੁੰਦੀਆਂ ਬੱਚਾ ਇਹਨਾਂ ਨੂੰ ਯੂਜ਼ ਕਰਦਾ ਜਦੋਂ ਛੋਟਾ ਬੱਚਾ ਪ੍ਰੀ ਪ੍ਰਾਇਮਰੀ ਦਾ ਬੱਚਾ ਮਤਲਬ 3 ਸਾਲ ਦਾ ਬੱਚਾ ਜਦੋਂ ਇਹਨਾਂ ਨੂੰ ਯੂਜ਼ ਕਰਦਾ ਤਾਂ ਉਹਦੀ ਇਹ ਗ੍ਰਿਪਸ ਹੈ ਜਿਹੜੇ ਉਹ ਵੀ ਇਹਦੇ ਨਾਲ ਮਜ਼ਬੂਤ ਹੁੰਦੇ ਆ ਜਿਸ ਤਰ੍ਹਾਂ ਵੱਖ ਵੱਖ ਲੋਕ ਉਹ ਖੋਲ੍ਹਦਾ ਇਹ ਇਹਦੇ ਨਾਲ ਇਹਨੂੰ ਅਸੀਂ ਸੇਫਟੀ ਬੋਰਡ ਦਾ ਨਾਮ ਹੀ ਦਿੰਦੇ ਹਾਂ ਵੀ ਬੱਚਾ ਵੱਖ ਵੱਖ ਲੋਕ ਖੋਲ੍ਹਣੇ ਸਿੱਖਦਾ ਸਵਿਚਸ ਨੂੰ ਔਨ ਆਫ ਕਰਨਾ ਸਿੱਖਦਾ ਇੱਥੇ ਅਸੀਂ ਦੇਖਾਂਗੇ ਇੱਧਰ ਟੈਪ ਲੱਗੀਆਂ ਹੋਈਆਂ ਨੇ ਟੈਪਸ ਨੂੰ ਚਲਾਉਣਾ ਬੰਦ ਕਰਨਾ ਵੱਖ ਵੱਖ ਲੋਕ ਹੈ ਜਿਸ ਤਰ੍ਹਾਂ ਆਪਾਂ ਆਹ ਦੇਖਦੇ ਹਾਂ ਇਸ ਤਰ੍ਹਾਂ ਜਿਪ ਹੈ ਬੈਲਟ ਨੇ ਜਾਂ ਬੈਗ ਦੇ ਲੋਕ ਹੁੰਦੇ ਆ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਬੈਗ ਦੇ ਲੋਕ ਹੁੰਦੇ ਆ ਇਸ ਤਰ੍ਹਾਂ ਦੇ ਠੀਕ ਹੈ ਇਹਨਾਂ ਨੂੰ ਖੋਲ੍ਹਣਾ ਬੰਦ ਕਰਨਾ ਬੱਚਾ ਇਹਨਾਂ ਚੀਜ਼ਾਂ ਨੂੰ ਸਿੱਖਦਾ ਪ੍ਰੈਕਟੀਕਲੀ ਪ੍ਰੈਕਟੀਕਲ ਕਰਦਾ ਮਤਲਬ ਸਾਰੀ ਚੀਜ਼ ਪ੍ਰੈਕਟੀਕਲ 'ਤੇ ਆ ਜਾਂਦੀ ਤੁਹਾਡੇ ਸਕੂਲ ਦੇ ਵਿੱਚ ਜਿਹੜਾ ਕੁਛ ਵੀ ਦੇਖ ਲਓ ਪ੍ਰੈਕਟੀਕਲ 'ਤੇ ਨਿਬੇੜ ਦਿੰਦੇ ਆ ਕੇ ਵੀ ਪ੍ਰੈਕਟੀਕਲੀ ਕਰਨਾ ਹੈ ਮੈਂ ਆਮ ਬੰਦੇ ਦੀ ਆਮ ਸਕੂਲਾਂ ਦੇ ਵਿੱਚ ਇਹ ਸੋਚਿਆ ਵੀ ਨਹੀਂ ਜਾਂਦਾ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਕਿ ਬਾਕੀਆਂ 'ਚ ਨਹੀਂ ਹੋਣਾ ਪਰ ਬਹੁਤ ਘੱਟ ਦੇਖਣ ਨੂੰ ਮਿਲਦਾ ਇਹ ਸੋਚਾਂ ਤਾਂ ਚਲੋ ਉਹ ਤਾਂ ਤੁਸੀਂ ਕਿਹਾ ਵੀ ਐਜੂਕੇਸ਼ਨ ਦਾ ਪੈਸਾ ਆਹ ਚੀਜ਼ਾਂ ਪਲੱਗ ਲਗਾਉਣੇ ਸਵਿਚ ਔਨ ਕਰਨੀਆਂ ਸਰ ਐਸਾ ਕੋਈ ਘਰ ਐਸਾ ਕੋਈ ਸਕੂਲ ਨਹੀਂ ਹੈਗਾ ਜਿੱਥੇ ਅਸੀਂ ਨਹੀਂ ਨੋਟਿਸ ਕੀਤਾ ਹੋਊਗਾ ਕਿ ਜਿੰਨੀ ਦੇਰ ਤੱਕ ਬੱਚਿਆਂ ਨੂੰ ਇਹ ਆਉਂਦਾ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਇੱਕ ਸੇਫ ਸਰਕਲ 'ਚ ਨਹੀਂ ਮੰਨਦੇਗੇ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਬੱਚੇ ਅੰਦਰੋਂ ਵਾਸ਼ਰੂਮਸ 'ਚ ਜਾ ਕੇ ਜਾਂ ਘਰ ਆ ਉਹ ਕੁੰਡੀ ਲਗਾ ਲੈਂਦੇ ਆ ਉਹ ਖੁੱਲ੍ਹਣੀ ਨਹੀਂ ਆਉਂਦੀ ਕਈ ਵਾਰੀ ਮਿਸ ਹੈਪਨਿੰਗਸ ਹੋਈਆਂ ਦਰਵਾਜ਼ਾ ਤੋੜਨਾ ਪੈਂਦਾ ਹੈ ਇਹਨਾਂ ਚੀਜ਼ਾਂ ਤੋਂ ਬਚਣ ਲਈ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਹੀ ਬੱਚੇ ਨੂੰ ਸਿਖਾਉਣੀਆਂ ਕਿ ਸਭ ਤੋਂ ਪਹਿਲਾਂ ਬੱਚਾ ਸੇਫ ਰਵੇ ਜੀ ਮਤਲਬ ਕੁੰਡੀ ਲਗਾਉਣੀ ਖੋਲ੍ਹਣੀ ਪਤਾ ਹੋਵੇ ਕਿ ਇੱਥੋਂ ਖੁੱਲ੍ਹਣੀ ਹੈ ਇੱਥੋਂ ਲੱਗਣੀ ਹੈ ਸਰ ਜਦੋਂ ਛੋਟੀਆਂ ਛੋਟੀਆਂ ਚੀਜ਼ਾਂ ਸਾਨੂੰ ਆਉਂਦੀਆਂ ਹੁੰਦੀਆਂ ਸਾਡੇ 'ਚ ਉਦੋਂ ਕੌਨਫੀਡੈਂਸ ਆਉਂਦਾ ਹੈ ਮੈਨੂੰ ਪਤਾ ਹੈ ਜੀ ਬੱਚੇ ਦੇ ਵਿੱਚ ਕੌਨਫੀਡੈਂਸ ਆਉਣਾ ਆਪਦੇ ਕੰਮ ਨੂੰ ਆਪ ਕਰ ਸਕਣਾ ਇਹ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਤੁਸੀਂ ਦੇਖੋ ਸਰ ਟੈਪਸ ਹੈ ਇੱਥੇ ਬੱਚੇ ਮੋਸਟਲੀ ਕੀ ਹੁੰਦਾ ਜਾ ਕੇ ਪਾਣੀ ਪੀ ਲੈਂਦੇ ਆ ਛੋਟੇ ਬੱਚੇ ਟੈਪਸ ਬੰਦ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਆਉਂਦਾ ਨਹੀਂ ਹੁੰਦਾ ਇੱਥੇ ਅਸੀਂ ਹਰ ਤਰ੍ਹਾਂ ਦੀ ਟੈਪ ਲਗਾਈ ਹੈ ਕਿ ਬੱਚੇ ਨੂੰ ਕਿਤੇ ਵੀ ਬਾਹਰ ਜਾ ਕੇ ਸਕੂਲ 'ਚ ਨਹੀਂ ਬਾਹਰ ਜਾ ਕੇ ਵੀ ਉਹਨਾਂ ਨੂੰ ਹਰ ਤਰ੍ਹਾਂ ਦੀ ਟੈਪ ਨੂੰ ਖੋਲ੍ਹਣਾ ਅਤੇ ਬੰਦ ਕਰਨਾ ਆਉਂਦਾ ਹੋਵੇ ਹਰ ਫੀਲਡ ਦੇ ਵਿੱਚ ਜਿੱਥੇ ਵੀ ਹੋ ਜਾਵੇ ਪਤਾ ਲੱਗੇ ਕਿ GPS ਵਾੜਾ ਭਾਈ ਕਦੋਂ ਪੜ੍ਹਿਆ ਭਾਈ ਉੱਥੋਂ ਪੜ੍ਹ ਕੇ ਆਇਆ ਫਿਰ ਪਤਾ ਹੈ ਵੀ ਦੁਨੀਆਂ 'ਤੇ ਕੀ ਚੀਜ਼ ਮਿਲਣੀ ਹੈ ਕੀ ਚੀਜ਼ ਨੂੰ ਕਿਵੇਂ ਵਰਤਣਾ ਇਹ ਚੀਜ਼ ਦਾ ਫਿਰ ਸਕੂਲ ਉਹ ਕਹਿੰਦੇ ਨਾ ਵੀ ਮਾਂ ਪਿਓ ਤੋਂ ਪਤਾ ਲੱਗਦਾ ਬੱਚੇ ਦੇ ਸੰਸਕਾਰ ਪਰ ਸਕੂਲ ਵੀ ਕਹਿੰਦੇ ਦੂਜਾ ਜਿਹੜਾ ਹੁੰਦਾ ਮਤਲਬ ਬੱਚੇ ਦਾ ਜਿੱਥੋਂ ਮਾਂ ਪਿਓ ਹੁੰਦੇ ਟੀਚਰ ਹੁੰਦੇ ਆ ਅਤੇ ਉੱਥੋਂ ਉਹਨੂੰ ਪਤਾ ਲੱਗਦਾ ਵੀ ਆਹ ਚੀਜ਼ਾਂ ਕਰਕੇ ਭਾਈ ਇਹਨੇ ਸਿੱਖਿਆ ਵਾ ਬਿਲਕੁਲ ਸਰ ਜਿਹੜਾ ਬੱਚੇ ਦਾ ਛੋਟੇ ਬੱਚਿਆਂ ਦਾ ਜਿਹੜਾ ਟਾਈਮ ਹੈ ਮੇਰੇ ਅਕੋਰਡਿੰਗ ਕਿ ਉਹ ਘਰ ਨਾਲੋਂ ਜ਼ਿਆਦਾ ਸਕੂਲ ਦੇ ਵਿੱਚ ਸਪੈਂਡ ਹੁੰਦਾ ਹੈ ਤਾਂ ਇੱਥੇ ਉਹਨੇ ਬਹੁਤ ਸਾਰੀਆਂ ਚੀਜ਼ਾਂ ਘਰ ਤੋਂ ਜ਼ਿਆਦਾ ਸਿੱਖਣੀਆਂ ਹੁੰਦੀਆਂ ਹੈ ਤਾਂ ਸਾਡੀ ਜਿਹੜੀ ਰਿਸਪੋਂਸੀਬਿਲਟੀ ਵੀ ਪੇਰੈਂਟਸ ਨਾਲੋਂ ਮੈਂ ਕਹੂੰਗੀ ਕਿ ਸਾਡੀ ਪੇਰੈਂਟਸ ਨਾਲੋਂ ਵੀ ਰਿਸਪੋਂਸੀਬਿਲਟੀ ਕਈ ਗੁਣਾ ਜ਼ਿਆਦਾ ਹੈ ਜੇ ਸਮਝਿਆ ਜਾਵੇ ਰਿਸਪੋਂਸੀਬਿਲਟੀ ਸਮਝਣ ਦੀ ਹੁੰਦੀ ਹੈ ਰਿਸਪੋਂਸੀਬਿਲਟੀ ਜ਼ਿੰਦਗੀ ਜ਼ਿੰਮੇਵਾਰੀ ਸਮਝਣ ਦੀ ਹੁੰਦੀ ਹੈ ਜੇ ਕੋਈ ਸਮਝੇ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਪਰ ਇਹਦੇ ਨਾਲ ਆਪਾਂ ਦੇਖੀਏ ਵੀ ਅਧਿਆਪਕ ਤੋਂ ਆਸ ਬਹੁਤ ਕੀਤੀ ਜਾਂਦੀ ਹੈ ਅਤੇ ਸਾਡੀ ਕੋਸ਼ਿਸ਼ ਹੈਗੀ ਹੈ ਸਾਡੀ ਸਮੁੱਚੀ ਟੀਮ ਦੀ ਵੀ ਅਸੀਂ ਉਹਨਾਂ ਆਸਾਂ ਦੇ ਉੱਪਰ ਖਰੇ ਉਤਰ ਸਕੀਏ